ਸੁਣੀ ਨਹੀਂ ਹੈ ਬੀਬੀ ਬਣਾ ਤੇ ਦੇਖੋ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ ਇੰਗਲੈਂਡ ਦੇ ਫਸਟ ਸ਼ੂਟ ਵਾਲੇ ਵਲੌਗ ਤੇ ਅੱਜ ਦਾ ਆਪਣਾ ਵਲੌਗ ਆ ਸ਼ੂਟ ਤੇ ਹੀ ਆ ਸਾਰਾ ਜਿੰਨਾ ਵਲੌਗ ਹੈਗਾ ਸਾਰਾ ਸ਼ੂਟ ਤੇ ਹੀ ਆ ਜਿਹੜੀ ਅੱਜ ਆਪਣੀ ਫੈਮਿਲੀ ਹੈਗੀ ਆ ਘਰ ਚ ਜਿੰਨੇ ਸਾਰੇ ਰਹਿੰਦੇ ਆ ਆਪਾਂ ਉਹਨਾਂ ਦਾ ਸ਼ੂਟ ਕਰਨਾ ਆ ਇੰਗਲੈਂਡ ਦਾ ਲੰਡਨ ਦਾ ਫਸਟ ਆਪਣਾ ਇਧਰ ਸ਼ੂਟ ਹੋਊਗਾ ਜਿਹੜਾ ਆਪਾਂ ਆਪ ਕਰਨ ਲੱਗੇ ਆ ਤੇ ਇਹਦੇ ਵਿੱਚ ਜੋ ਜੋ ਕਰਨਾ ਆ ਜੋ ਜੋ ਸਾਰਾ ਕੁਝ ਫਲਾਣਾ ਫਲਾਣਾ ਜੋ ਵੀ ਹੈਗਾ ਤੁਹਾਨੂੰ ਤਾਂ ਸਾਰਾ ਦਿਖਾਵਾਂਗੇ ਕਿੱਦਾਂ ਸ਼ੂਟ ਕਰਨਾ ਕਿੱਦਾਂ ਨਹੀਂ ਤੇ ਨਾਲ ਮੇਰੇ ਹੈਗਾ ਆ ਆਪਣਾ ਯਾਰ ਦੋਸਤ ਚੰਡੀਗੜ੍ਹ ਤੋਂ ਕਨਾਲ ਬਰੋ ਕਨਾਲ ਬਰੋ ਕਮਾ ਦੇ ਕੈਮਰਾ ਕਰੇ ਆਪਣੇ ਲਈ ਹੋਰ ਫਿਰ ਕਿੱਦਾਂ ਬਰੋ ਸੈਟ ਆ ਬਾਹਰ ਠੀਕ ਠਾਕ ਬਰੋ ਆਪਣਾ ਚੰਡੀਗੜ੍ਹ ਤੋਂ ਆ ਤੇ ਅਸੀਂ ਰੂਮਮੇਟ ਹੀ ਆ ਤੇ ਦੀਦੀ ਹੁਣਾਂ ਘਰ ਜਿਹਨਾਂ ਦਾ ਸ਼ੂਟ ਕਰਨਾ ਆ ਉਹਨਾਂ ਦੇ ਘਰ ਹੀ ਅਸੀਂ ਰੂਮ ਲਿਆ ਹੋਇਆ ਆ ਲੋਕੇਸ਼ਨ ਆਪਾਂ ਦੱਸਣੀ ਨਹੀਂ ਹਜੇ ਨਹੀਂ ਫਿਲਹਾਲ ਨਹੀਂ ਆਪਾਂ ਅਗਲੀ ਗਲਾਪ ਤੇ ਮਿਲਦੇ ਆ ਕਿੰਨਾ ਕਲੀਨ ਸੀਨ ਆ ਪਤਾ ਕਿਉਂ ਕਿਉਂਕਿ ਇੱਥੇ ਸਾਰੇ ਪਾਸੇ ਮੀਂਹ ਮੀਂਹ ਕੱਲ ਦਾ ਦੋ ਦਿਨ ਦਿਨ ਹੋ ਗਿਆ ਮੀਂਹ ਪਈ ਜਾਂਦੇ ਸੀਗਾ ਉਹਦਾ ਕਰਕੇ ਜ਼ਿਆਦਾਤਰ ਅੱਜ ਬੜਾ ਕਲੀਨ ਹੋਇਆ ਪਿਆ ਮੈਸਮ ਮੌਸਮ ਬੜਾ ਵਧੀਆ ਹੋਇਆ ਪਿਆ ਕਲਾਉਡੀ ਕਲਾਉਡੀ ਹੋਇਆ ਪਿਆ ਕਲਾਉਡੀ ਦਾ ਫਾਇਦਾ ਚੱਕ ਕੇ ਆਪਾਂ ਸਾਊਂਡ ਦੇ ਇਗਨੋਰ ਕਰਾ ਸਾਊਂਡ ਪਿੱਛੇ ਗੱਡੀ ਹੁੰਦੀ ਆ ਭਾਈ ਇਹਦਾ ਹੁਣ ਆਪਾਂ ਪਾਰਕ ਚੱਲੇ ਆ ਪਾਰਕ ਜਾ ਕੇ ਸ਼ੂਟ ਕਰਦੇ ਬਾਕੀ ਭਾਈ ਵੇਦਰ ਦਿਖਾ ਦੇ ਸਾਰੇ ਪਾਸੇ ਜਿਹਦੇ ਨਾਲ ਫੋਟੋ ਸ਼ੂਟ ਸੋਹਣੀ ਆ ਜਾਣੀ ਆਪਣੀ ਰੈਡੀ ਆ ਸ਼ੂਟ ਲਈ ਪਹਿਲੀ ਲੋਕੇਸ਼ਨ ਆਪਾਂ ਉੱਥੇ ਦੇਖੀਏ ਕਿ ਇੱਧਰ ਦੇਖੀਏ ਤੁਹਾਨੂੰ ਦਿਖਾ ਸਕਦੇ ਹਾਂ ਸਾਹਮਣੇ ਆਪਣੇ ਕਪਲਸ ਜਾਣ ਲਿਆ ਜਿਹਨਾਂ ਦਾ ਆਪਾਂ ਸ਼ੂਟ ਕਰਨਾ ਹੈ ਹਲੋ ਲੋਕੇਸ਼ਨ ਆ ਜਾ ਰਹੇ ਲੋਕੇਸ਼ਨ ਤੇ ਜਾ ਕੇ ਫਿਰ ਆਪਾਂ ਤੁਹਾਨੂੰ ਵਧੀਆ ਵਧੀਆ ਐਨ ਕੈਂਡ ਕੈਂਡ ਪਿਕਚਰਸ ਦੇਣੀ ਆ ਉਹਨਾਂ ਨੂੰ ਐਡੀਟਿੰਗ ਕਰਕੇ ਪੂਰਾ ਬਾਕੀ ਉਹ ਦੇਖ ਸਕਦੇ ਤੁਸੀਂ ਆਪਣੇ ਕਪਲਸ ਜਾ ਰਹੇ ਆ ਨਹੀਂ ਨਹੀਂ ਸਹੀ ਹੋਣੀ ਸਹੀ ਨਹੀਂ ਕਿੱਥੇ ਆਉਂਦੇ ਫੋਟੋ ਸ਼ੂਟ ਹੋ ਗਿਆ ਫੋਟੋ ਸ਼ੂਟ ਦੀਆਂ ਬੜੀਆਂ ਕਲਿੱਪਾਂ ਨਹੀਂ ਲਈਆਂ ਨੋਰਮਲ ਸ਼ੂਟ ਲਏ ਆ ਜਿੰਨੇ ਕੁ ਲਏ ਆਪਾਂ ਤੁਹਾਨੂੰ ਸ਼ੋਅ ਕੀਤੇ ਜਾਂ ਕਨਾਲ ਨੇ ਜਿੰਨੇ ਕੁ ਸ਼ੂਟ ਲਏ ਉਹਨੇ ਕੁ ਆਪਾਂ ਤੁਹਾਨੂੰ ਦਿਖਾ ਦੇਣੇ ਆ ਸ਼ੂਟ ਛੇਤੀ ਹੋ ਗਿਆ ਕਿਉਂਕਿ ਸਾਰਿਆਂ ਨੇ ਆਪਣੇ ਕੰਮਾਂ ਕੰਮਾਂ ਘਰਾਂ ਤੇ ਜਾਣਾ ਸੀ ਦੀਦੀਆਂ ਦੇ ਵਿੱਚ 4 ਵਜੇ ਡਿਊਟੀ ਸੀਗੀ ਵੀਰੇ ਹੁਣਾਂ ਨੇ ਵੀ ਨਿਕਲਣਾ ਸੀਗਾ ਤੇ ਅਸੀਂ ਵੀ ਨਿਕਲਣਾ ਸੀ ਕੰਮ ਲਈ ਕਿਉਂਕਿ ਇੱਥੇ ਜੌਬਾਂ ਨੂੰ ਲੈ ਕੇ ਬਹੁਤ ਸ਼ਾਰਟੇਜ ਚੱਲ ਰਹੀ ਆ ਰੂਮਸ ਨੂੰ ਲੈ ਕੇ ਵੀ ਬਹੁਤ ਸ਼ਾਰਟੇਜ ਚੱਲ ਰਹੀ ਆ ਬਹੁਤ ਜ਼ਿਆਦਾ ਸਟੂਡੈਂਟ ਡਿਪੈਂਡੈਂਟ ਸਾਰੇ ਬੰਦੇ ਨਾ ਜਦੋਂ ਲਾ ਲਓ ਤੁਸੀਂ ਆ ਮਹੀਨੇ ਦੇ ਵਿੱਚ 300-400 ਤਾਂ ਆਈ ਜਾਂਦੇ ਹੋਣੇ ਆਰਾਮ ਨਾਲ ਮੰਥ ਦੇ ਵਿੱਚ ਨਾ 300-400 ਸਟੂਡੈਂਟ ਜਾਂ ਇੰਡੀਪੈਂਡ ਜਾਂ ਡਿਪੈਂਡਡ ਜਾਂ ਜੋੜੀਆਂ ਵਗੈਰਾ ਆਰਾਮ ਨਾਲ ਆਉਂਦੀਆਂ ਸੋ ਇੱਥੇ ਨਾ ਰੂਮ ਦੀ ਸ਼ੋਰਟੇਜ ਬਹੁਤ ਜ਼ਿਆਦਾ ਹੋਈ ਪਈ ਜੋਬ ਦੀ ਵੀ ਅੱਗੇ ਕਹਿੰਦੇ ਸੀ ਨਾ ਕਿ ਬਿਲਡਰ ਆਰਾਮ ਨਾਲ ਆਪ ਲੱਭਦੇ ਸੀਗੇ ਲੇਬਰ ਲੱਭਣੀ ਕਹਿਣਾ ਬੰਦੇ ਚੱਲ ਤੂੰ ਇੰਨੇ ਲੈ ਲਾ ਤੂੰ ਇੰਨੇ ਲੈ ਲਾ 60 ਨਹੀਂ ਤੂੰ 70 ਲੈ ਲਾ ਹਨਾ 75 ਲੈ ਲਾ ਆ ਜਾ ਇੱਦਾਂ ਹਨਾ ਕੰਮ ਕਰਾ ਦੇ ਇੱਦਾਂ ਨਾਲ ਨਾਲ ਹੁਣ ਇੱਦਾਂ ਨਹੀਂ ਕਹਿੰਦੇ ਹੁਣ ਕਹਿੰਦੇ ਆ ਕੰਮ ਕਰਨਾ ਕਰ ਨਹੀਂ ਚੈੱਕ ਹੁੰਦਾ ਘਰ ਨੂੰ ਜਾਓ ਕਿਉਂ ਲੇਬਰ ਦੀ ਘਾਟ ਹੀ ਹੈ ਨਹੀਂ ਬਾਬਾ ਇੱਥੇ ਇੰਨਾ ਸਟੂਡੈਂਟ ਹੋਇਆ ਪਿਆ ਇੰਨਾ ਜ਼ਿਆਦਾ ਉਹ ਤਾਂ ਬੰਦਾ ਹੀ ਨਹੀਂ ਸਮਝਦੇ ਉਹ ਕਹਿੰਦੇ ਜਾਓ ਘਰ ਨੂੰ ਜੇ ਨਹੀਂ ਕਰਨਾ ਤਾਂ ਜਾਂ ਭਾਰਾ ਆ ਇੱਦਾਂ ਉੱਦਾਂ ਅਤੇ ਭਾਰਾ ਭਾਰਾ ਕੰਮ ਪੂਰਾ ਢੂਹਾ ਪੜਾਉਂਦੇ ਚੰਗਾ ਰੱਖ ਕੇ ਇੱਥੇ ਮੈਂ ਵੀ ਘਰ ਹਟਿਆ ਆ ਮਿਹਨਤ ਵੀ ਹੋਈ ਆ ਮੈਂ ਮਜਬੂਰੀ 'ਚ ਮੈਨੂੰ 3 ਵਾਰੀ ਬੰਦੇ ਨੇ ਕਿਹਾ ਸੀ ਮੈਂ ਤਾਂ ਚੱਕ ਨਹੀਂ ਹੁੰਦਾ ਭਾਰ ਜਦੋਂ ਹੁਣ ਤਾਂ ਚੱਲ ਲਾ ਕੇ ਬੰਦਾ ਹੌਲੀ ਹੌਲੀ ਪੱਕ ਗਿਆ ਬਟ ਕਹਿਣ ਦਾ ਭਾਵ ਇਹ ਕਿ ਇੱਥੇ ਸ਼ੋਰਟੇਜ ਬਹੁਤ ਜ਼ਿਆਦਾ ਹੋਈ ਵੀ ਬੱਚੇ ਬਹੁਤ ਜ਼ਿਆਦਾ ਹੋਏ ਪਏ ਆ ਸੋ ਹੁਣ ਵੀ ਅਸੀਂ ਕੰਮ ਦੇ ਅਕੋਰਡਿੰਗ ਹੀ ਭੱਜੇ ਫਿਰਦੇ ਹਾਂ ਕਦੀ ਇੱਧਰ ਕਦੀ ਉੱਧਰ ਜਿਹਨੂੰ ਜਿੱਥੇ ਕੰਮ ਮਿਲ ਗਿਆ ਛੱਡਿਓ ਨਾ ਕਰਕੇ ਰੱਖਿਓ ਬਾਕੀ ਟਾਈਮ ਸਾਰਾ ਦਾ ਆਊਗਾ ਵਧੀਆ ਠੀਕ ਹੈ ਬਸ ਟਾਈਮ ਸਰਦਾ ਕਰ ਲਓ ਆਪਦਾ ਜਿਹੜਾ ਕੰਮ ਮਿਲ ਗਿਆ ਬਸ ਛੱਡਿਓ ਨਾ ਜਿੱਦਾਂ ਮਰਜ਼ੀ ਆ ਕਿਉਂਕਿ ਕੰਮ ਲੱਭਦਾ ਹੀ ਨਹੀਂ ਯਾਰ ਮਿਲਦਾ ਹੀ ਨਹੀਂ ਬਹੁਤ ਘੱਟ ਮਿਲਦਾ ਕਿਉਂਕਿ ਲੰਡਨ ਦੇ ਵਿੱਚ ਸਾਰੇ ਆਉਂਦੇ ਆ ਲੰਡਨ ਸਾਊਥ ਹਾਲ ਇੱਧਰ ਉੱਧਰ ਹੀ ਹਨਾ ਹੰਸਲੋ ਇੱਧਰੋਂ ਹੈਲੀਗਨਟਨ ਇੱਧਰ ਇੱਧਰ ਹੀ ਸਾਡੇ ਜ਼ਿਆਦਾ ਜਾਣਦੇ ਡਾਰਟਫੋਰਡ ਵੀ ਕੰਮ ਹੈਗਾ ਆ ਬਟ ਰੂਮ ਦੀ ਬਹੁਤ ਸ਼ੋਰਟੇਜ ਆ ਬਹੁਤ ਜ਼ਿਆਦਾ ਬੈਡਫੋਰਡ ਵੀ ਸਾਰੇ ਪਾਸੇ ਇਹ ਤੋਂ ਹੋਰ ਸਾਈਡ ਹੋਰ ਸ਼ਹਿਰਾਂ 'ਚ ਜਾਓ ਬਰਮਿੰਗਮ 'ਚ ਜਾਓ ਹਨਾ ਵੈਸਟ 'ਚ ਜਾਓ ਉੱਥੇ ਕੰਮ ਵੀ ਹੈਗਾ ਰੂਮ ਵੀ ਹੈਗੇ ਬਟ ਬੱਚੇ ਆਉਣ ਇੱਧਰ ਜੋਬ ਵੀ ਬਹੁਤ ਆ ਉੱਧਰ ਪਰ ਬੱਚੇ ਆ ਇੱਧਰ ਰਹੇ ਆ ਸਾਰੇ ਇੱਧਰ ਆ ਗਏ ਕਿਉਂਕਿ ਦਿਮਾਗ ਲਾਉਂਦੇ ਨਹੀਂ ਅਸੀਂ ਵੀ ਉਸ ਚੀਜ਼ 'ਚ ਫਸੇ ਇਹ ਨਹੀਂ ਕਿ ਸਾਨੂੰ ਪਤਾ ਹੋਵੇ ਤਾਂ ਅਸੀਂ ਕਹੀ ਜਾਂਦੇ ਹਾਂ ਬਟ ਅਸੀਂ ਵੀ ਇਸ ਚੀਜ਼ 'ਚ ਫਸ ਗਏ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਆ ਸੋ ਦੇਖੋ ਕੀ ਬਣਦਾ ਅਜੇ ਅਸੀਂ ਕੰਮ ਵੱਲ ਨੂੰ ਚੱਲੇ ਹਾਂ ਤਾਂ ਬਾਅਦ 'ਚ ਤੁਹਾਨੂੰ ਦੱਸਦੇ ਕੀ ਬਣਿਆ ਅੱਜ ਦੇ ਸਵੇਰ ਦੀ ਮੋਰਨਿੰਗ ਆਪਣੀ ਸਟਾਰਟ ਹੋਈ ਆ ਗੁਰੂ ਘਰ ਤੋਂ ਅਤੇ ਗੁਰੂ ਘਰ ਤੋਂ ਆਪਾਂ ਮੱਥਾ ਟੇਕਿਆ
दर्शन किए, बहुत सोहने दर्शन हुए क्योंकि अपने घर के कोल ही है गुरु घर। तो सूँ यही फायदा उधरली साइड डाढ़ फोड़ यही फायदा सगा कि साढ़े गुरु घर कोल से। सो इतों आप चाह पानी छक के लंगर पानी प्रशादा पानी छक के हम आप जा रहे करे घर तो बाद आप टकरांगे अपने उ कल दे काम के अकॉर्डिंग खज्जल होने वाला काम। सो थोड़ा टाइम तो खज्जल होना ही पैना है क्योंकि जिन्हें चेर बेस नहीं सही होंगे, साडा बेस सही हो गया तो फिर सू कोई टेंशन नहीं। मिलते हैं आप जो आप जाना आ उस काम बारे वो दसागे तू कि कुछ की करना पैदा। तो फोटोग्राफी वाला व्लॉग ही कंटिन्यू कर दिया मैं यदि मॉर्निंग अज गुरु घर तो आई आ। सो मिलते हैं गुरुद्वारे तो आने के आप बाबे गैंग की थोड़ी जी रैसट रैसट कर तो बाद एक मिनट जहाज का रौला पैन लिया। 10:30 हो फ्रैश होकर ना ही आप एजेंसी में निकल गए। सो एजेंसी जाके देखते हैं पता करते हैं की माहौल है की हिसाब किताब आप रजिस्टर करे उन्हें जाके जो मर्जी है मत्था मार के थोड़ा बहुत कि काम मिल जाए जिदा मर्जी। इंडिया तो पता किया एक बंदा इतने अपने हैगा कोई काम करने वाला घरद का फोन आया सगा बाकी उन्होंने वही गल करके पता लगेगी वो कहें आप वह कॉल करूंगे क्योंकि उन्होंने मेरा नंबर तो देता है बाकी भाई तो मैं कनाल तो मैं दोनों नहीं लगना है पहले। हाँ देखिए यार एजेंसी वाला सिस्टम की हिसाब किताब की है घर तो बहुत रौला पाया ही आह एजेंसी जाके पता लाजू की हिसाब किताब है तो पंजाबी है बाकी देखते पहुंचिए पहले यार। ओ भी बाबा मैं कदा लगा साउथ वाला जमा इंडिया मेरे जमा इंडिया तो बाबे साउथ वाला है थोड़ा स्टूडियो स्टडी लपड़ बड़े दिन सानू स्टूडियो वगैरह दिखे नहीं बड़े उरे परे हैगे आ पर बाले नहीं दिखे अहीं देखदे पए आ कि कोई दिख जवे तो अहीं आपदा भी थोड़ा जिहा इंट्रो कराईए बट दिखदा नहीं पिया यार काफी देखिया लब्बा लुब्बा नहीं कदे भी हजे तरके तरके सानू तो बहुत चलदा लगदा घंटा पे हजे बस फड़ लेने देख ला दादे बस फड़ लिया फड़ लिए चला स्टॉप दिखी चलो इतना कर लेंगे इदा कर लेंगे तुरन तो बहुत चलता यार पता नहीं की है मोटे तुम तो कदों चलता इन्ना है लेट हो गए ना फिर पंगा पैना बस हूँ आप साउथ वाल तो मत्था मार के दो फोटोग्राफर मिले अपन दो स्टूडियो मिले आ दो स्टूडियो तो बाद आप जाके खाधी रोटी रोटी खाते ही दो स्टूडियो तो फिरते माड़ा मोटा इधर होंगे तुर के जाते ही साडा सारा दिन निकल गया ये सारा दिन निकल गया थोड़िया टेंशन है सर थोड़ी प्रॉब्लम क्रिएट हुई सी तो वह सॉर्ट आउट करते 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 करके कोई चक्कर नहीं इन्हें चल जाता आप चला देंगे बाबे हुणे एटीएम चो कैश कढाया सी ते थोड़ा कढाया इहदे विच चेक कीता ते इह साला नोट फटिया होया देखो सेंसबेरी तो कढाया बाला नहीं करना प्लास्टिक दे इह पाड़दे नहीं हुंदे छेती साला पहिलां फटिया होया साडे ना इहदा कद हुंदा यार साडे ना माड़ी हुंदी आ इह तां देखिया चलो अज दा व्लॉग मोर प्रॉब्लम आ तां सच तुहानूं प्रॉब्लम दसदा पिया सीगा प्रॉब्लम बहुत आईया यार अद्धिया घर दियाँ अद्धिया बहर दियाँ मतलब घर दियाँ इतें इंडिया नहीं इतें तो बहर दियाँ भी सो फलाना फलाना काफ़ी कुछ जेडे भाई नवे मुंडे आते हैं उन्होंने स्टार्टिंग जिदा सारे भाई सानू भी आ रही रोटी पानी की दिक्कत होंगी इतने गुरुद्वारे होंगे अगर कोई उधर चल जाए करो अपना लंगर छक लिया करो कोई कुछ नहीं है भाई जी मत्था टेक के करो अपना गुरु का नाम लिया करो तो रोटी पानी छक के अपना आराम ना आ जाए करो कोई इतना भी हो नहीं कि जिदा पर एक साथ तुम इन्ना दस दें बड़े स्टूडेंट का इतने हदों हद औखा आ कोई कमां नहीं रखता बहुत मुश्किल बहुत ज़्यादा मुश्किल रूम का भी बहुत ज़्यादा मुश्किल सानू पता अं बाद रात कटिया हुई पूरा सड़क तो इदा फिरते ही हाथों च बैग अखा च पानी तो अद्धी रात हो इदा ही कभी इधर तो कभी उधर इदा रात कटिया ही पर इतने बहुत औखा सची लंडन वाली साइड इन लंडन
ਆਊਟਰ ਲੰਡਨ ਸਾਈਡ ਜਿਹੜੀ ਹੈ ਨਾ ਉੱਧਰ ਸਹੀ ਆ, ਲੰਡਨ ਤੋਂ ਆਊਟਸਾਈਡ ਚਲੋ ਮਿਲਦਾ ਸਾਰਾ ਕੁਛ, ਜੋਬ ਵਗੈਰਾ ਸਾਰਾ ਕੁਛ ਮਿਲਦਾ ਆ, ਈਜ਼ੀ ਆ, ਥੋੜ੍ਹਾ ਜਿਹਾ ਈਜ਼ੀ ਆ, ਬਾਹਲਾ ਹਾਰਡ ਨਹੀਂ। ਬਟ ਇਨ ਲੰਡਨ ਜੇ ਲੰਡਨ ਦੇ ਕਵਰ ਦੇ ਵਿੱਚ ਜਿੰਨਾ ਏਰੀਆ ਹੈਗਾ ਇੱਥੇ ਬਹੁਤ ਜ਼ਿਆਦਾ ਔਖਾ ਹੋਵੇ, ਐਕਸਪੈਂਸਿਵ ਤਾਂ ਹੱਦੋਂ ਵੱਧ, ਕਿਉਂਕਿ ਸਾਰੇ ਜਿੰਨੇ ਸਟੂਡੈਂਟ ਮੇਰੇ ਭਰਾ ਵੀਰ ਭੈਣਾਂ ਸਾਰੇ ਆਉਂਦੇ ਉਹ ਇੱਥੇ ਆਉਂਦੇ, ਆਸੇ ਪਾਸੇ ਨਹੀਂ ਆਉਂਦੇ। ਅਸੀਂ ਗਲਤੀ ਵੀ ਇਹੀ ਕਰਕੇ ਇੱਥੇ ਹੁਣ ਜਾ ਕੇ ਫਸੇ ਹਾਂ, ਸਾਨੂੰ ਹੁਣ ਹੀ ਪਤਾ ਲੱਗਾ ਇਹ ਕਿ ਅਸੀਂ ਐਡੀ ਵੱਡੀ ਗਲਤੀ ਕੀਤੀ ਹੋਈ ਹੈ। ਬਟ ਹੋਰ ਕੋਈ ਤਾਂ ਮਿਲਦਾ ਵੀ ਨਹੀਂ ਪਿਆ, ਅਤੇ ਕਈ ਇਹੀ ਮਜਬੂਰੀਆਂ ਹੁੰਦੀਆਂ, ਸਾਰਿਆਂ ਦੀਆਂ ਨਹੀਂ ਹੁੰਦੀਆਂ, ਸਾਰਿਆਂ ਨੂੰ ਹੁੰਦਾ ਅਸੀਂ ਇੱਥੇ ਜਾਣਾ ਇੱਥੇ ਜਾਣਾ, ਇੱਥੇ ਨਹੀਂ ਅਤੇ ਇੱਥੇ ਤਾਂ ਹੈ ਹੀ ਕੱਖ ਨਹੀਂ ਹੁਣ, ਤਾਂ ਬਹੁਤ ਔਖਾ ਆ, ਜੋਬ ਵੀ ਬਹੁਤ ਔਖੀ ਮਿਲਦੀ ਆ। ਸੋ ਗੱਲਾਂ ਕਰਦੇ ਕਰਦੇ ਲੰਬਾ ਹੋ ਗਿਆ ਕੰਮ, ਆਪਾਂ ਅੱਜ ਦਾ ਵਲੋਗ ਇੱਥੇ ਐਂਡ ਕਰਨਾ ਹੈ, ਜਿਹੜਾ ਫੋਟੋਗ੍ਰਾਫੀ ਵਾਲਾ ਸ਼ੂਟ ਵਾਲਾ ਵਲੋਗ ਸੀਗਾ ਇਹ, ਅਤੇ ਇਹਦੇ 'ਚ ਆਪਾਂ ਇੰਨਾ ਹੀ ਨੋਰਮਲ ਜੋ ਤੁਹਾਨੂੰ ਆਪਾਂ ਦਿਖਾਇਆ, ਜਿੰਨਾ ਕੁ ਕੰਮ ਕੀਤਾ ਉਨਾ ਕੁ ਦਿਖਾ ਤਾ, ਏਜੰਸੀਆਂ ਦਾ ਮੱਥਾ ਮਾਰਨਾ ਫਲਾਣਾ ਫਲਾਣਾ ਜੋ ਵੀ ਦੱਸਿਆ ਤੁਹਾਨੂੰ, ਤੁਸੀਂ ਦੇਖ ਲਿਓ ਸਕਿੱਪ ਨਾ ਕਰਿਓ, ਜ਼ਰੂਰੀ ਵਲੋਗ ਹੀ ਆ ਇਹ, ਇਹਦੇ ਵਿੱਚ ਦੱਸਣ ਡਿਆ ਰਿਐਲਿਟੀ ਕੀ ਆ, ਹੌਲੀ ਹੌਲੀ ਗਾਂਹ ਰਿਐਲਿਟੀ ਦੱਸਣੀ ਆ, ਇਹਦੇ ਵਿੱਚ ਪਿਓਰ ਰਿਐਲਿਟੀ ਨਹੀਂ ਦੱਸੀ, ਅਸੀਂ ਤੁਹਾਨੂੰ ਪਿਓਰ ਰਿਐਲਿਟੀ ਅਸੀਂ ਖੁਦ ਦੱਸਣੀ ਆ ਹਜੇ। ਅਤੇ ਅੱਗੇ ਆ ਕੇ ਡਾਕੂਮੈਂਟ ਦੇ ਵੀ ਭਾਅ ਜੀ ਵਲੋਗ ਆਉਣੇ ਆ ਸਾਰੇ, ਹਾਂ ਕੀ ਡਾਕੂਮੈਂਟ ਚਾਹੀਦੇ, ਕਦੋਂ ਅਪਲਾਈ ਕਰਨੇ ਆ, ਠੀਕ ਹੈ, ਕਿੱਥੇ ਨੀਡ ਪੈਣੀ ਆ, ਬਹੁਤ ਜ਼ਰੂਰੀ ਹੈ, ਸਾਰਾ ਕੁਛ ਦੱਸਾਂਗੇ ਤੁਹਾਨੂੰ, ਬਹੁਤ ਜ਼ਰੂਰੀ ਆ, ਇੱਥੇ ਲੀਗਲ ਬੰਦਾ ਨਾ ਅਸੀਂ ਸਾਰੇ ਲੀਗਲ ਹੀ ਆ, ਅਤੇ ਲੀਗਲ ਬੰਦਾ ਪੇਪਰ ਵਰਕ ਜੇ ਤੋਂ ਹੈਗਾ, ਉਹਨੂੰ ਡਾਕੂਮੈਂਟ ਇਕੱਲੇ ਇਕੱਲੇ ਡਾਕੂਮੈਂਟ ਦੀ ਚੀਜ਼ ਸਾਰੇ ਪਾਸੇ ਚਾਹੀਦੀ ਚੀਜ਼ ਦੀ ਲੋੜ ਆ, ਹਰੇਕ ਨਿੱਕੇ ਤੋਂ ਨਿੱਕੇ ਪੇਜ ਦੀ ਵੀ ਲੋੜ ਆ, ਇਹ ਹਿਸਾਬ ਲਾ ਲਓ, ਹਰ ਪਾਸੇ ਰਿਕੁਆਇਰਮੈਂਟ ਆ ਯਾਰ, ਹਰ ਚੀਜ਼ ਦੀ ਨਿੱਕੀ ਤੋਂ ਨਿੱਕੀ ਚੀਜ਼ ਦੀ ਰਿਕੁਆਇਰਮੈਂਟ ਆ, ਹੁਣ ਸਾਨੂੰ ਪਤਾ ਲੱਗ ਰਿਹਾ ਜਦੋਂ ਅਸੀਂ ਫਿਰ ਰਹੇ ਹਾਂ, ਉੱਦਾਂ ਸਾਨੂੰ ਪਤਾ ਹੀ ਨਹੀਂ ਕੁੱਖ, ਔਖਾ ਵੀਰੇ ਬਹੁਤ ਔਖਾ। ਬਾਕੀ ਬਾਬੇ ਦੀ ਮਿਹਰ ਆ, ਚੜ੍ਹਦੀ ਕਲਾ, ਬਾਬੇ ਨਾਨਕ ਦੀ ਇੰਨੀ ਮਿਹਰ ਆ ਕਿ ਭੁੱਖੇ ਨਹੀਂ ਸੁੱਤੇ ਹਜੇ, ਰੋਟੀ ਪਾਣੀ ਤੋਂ ਨਹੀਂ ਰਹੇ, ਕਦੀ ਛੱਤ ਤੋਂ ਰਹੇ ਸੀ, ਜੇ ਛੱਤ ਤੋਂ ਰਹੇ ਸੀਗੇ ਤਾਂ ਸਾਡੇ ਤੋਂ ਕੰਮ ਹੈਗਾ ਸੀ, ਜੇ ਕੰਮ ਹੈ ਨਹੀਂ ਤਾਂ ਹੁਣ ਸਾਡੇ ਤੋਂ ਛੱਤ ਹੈਗੀ ਆ, ਹੁਣ ਅਸੀਂ ਕੰਮ ਲੱਭਦੇ ਫਿਰਦੇ ਹਾਂ। ਸੋ ਬਾਬੇ ਨੇ ਮਿਹਰ ਕੀਤੀ ਤਾਂ ਸਾਨੂੰ ਰੂਮ ਵੀ ਮਿਲ ਗਿਆ, ਤਾਂ ਬਾਬੇ ਨੇ ਹੁਣ ਮਿਹਰ ਕਰ ਦੇਣੀ, ਸਾਨੂੰ ਕੰਮ ਵੀ ਮਿਲ ਜੂ, ਅਤੇ ਬਾਕੀ ਆਪਣੀ ਤਾਂ ਇਹੀ ਅਰਦਾਸ ਆ ਕਿ ਸਾਰਿਆਂ ਨੂੰ ਕੰਮ ਮਿਲੇ, ਸਾਰਿਆਂ ਨੂੰ ਜਿਹੜੇ ਜਿਹੜੇ ਮੇਰੇ ਭਰਾ ਆਉਂਦੇ ਆ ਸਾਰਿਆਂ ਨੂੰ ਰੂਮ ਵੀ ਮਿਲੇ, ਕੰਮ ਵੀ ਮਿਲੇ, ਹੈ ਨਾ, ਰੈਂਟ ਵੀ ਹੋਵੇ, ਕਿਉਂਕਿ ਇੱਥੇ ਬਹੁਤ ਜ਼ਿਆਦਾ ਔਖਾ ਵੀਰੇ। ਸੋ ਬਾਕੀ ਡਿਟੇਲ ਅਗਲੇ ਵਲੋਗ 'ਚ ਮਿਲਦੇ ਹਾਂ ਆਪਾਂ, ਅਗਲੇ ਨੈਕਸਟ ਨਵੇਂ ਵਲੋਗ ਦੇ ਵਿੱਚ, ਇਹ ਲੰਡਨ ਹਾਰਡ ਵਰਕ ਵਾਲੇ ਵਲੋਗ ਦੇ ਵਿੱਚ ਜਿਹੜਾ ਵੀ ਬਣਾਵਾਂਗੇ ਉਹ 'ਤੇ ਮਿਲਦੇ ਹਾਂ।